ਹੈਲੋ ਹਾਂਜੀ ਵੀਰ ਜੀ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕਿੱਦਾਂ ਸਾਰੇ? ਠੀਕ ਠਾਕ ਨੇ। ਅੱਛਾ ਵੀਰ ਜੀ, ਜਿਸ ਤਰ੍ਹਾਂ ਤੁਸੀਂ ਵੇਖੀ ਹੋਣੀ ਮੇਰੀ ਪਹਿਲੀ ਵੀਡੀਓ ਜੋ ਮੈਂ ਅਪਲੋਡ ਕੀਤੀ ਆ, ਉਹ ਵੀਡੀਓ ਬਣਾਈ ਤਾਂ ਐਕਚੁਅਲੀ ਮੈਂ ਪੇਜ ਦੇ ਵਾਸਤੇ ਸੀ, ਪਰ ਪੇਜ ਦੇ ਉੱਪਰ ਅਪਲੋਡ ਨਹੀਂ ਹੋ ਰਹੀ ਸੀ। ਇਸੇ ਕਰਕੇ ਹੁਣ ਮੈਂ ਜੇ ਜੋ ਨਵਾਂ ਆਪਣਾ ਯੂਟਿਊਬ ਦਾ ਚੈਨਲ ਹੈ ਹੈਪੀ ਸਾਊਦੀ ਅਰਬ ਹੈਲਪਲਾਈਨ ਦੇ ਨਾਂ ਤੋਂ ਬਣਾਇਆ ਵਾਂ, ਉਹ ਇਸ ਕਰਕੇ ਬਣਾਇਆ ਕਿਉਂਕਿ ਵੀਰ ਜੀ ਮੈਨੂੰ ਵਟਸਐਪ ਦੇ ਉੱਪਰ ਬਹੁਤ ਸਾਰੇ ਜ਼ਿਆਦਾ ਮੈਸੇਜ ਹੋਣ ਕਰਕੇ ਰੀਪਲਾਈ ਨਹੀਂ ਦਿੱਤਾ ਜਾ ਰਿਹਾ, ਅਤੇ ਕਾਫੀ ਵੀਰ ਆ ਜਿਹੜੇ ਕਿ ਇੱਕੋ ਡਿਮਾਂਡ ਨੂੰ ਪੁੱਛਦੇ ਆ, ਜਦੋਂ ਕਿ ਕੋਈ ਵੀ ਡਿਮਾਂਡ ਫਰੈਸ਼ ਦੀ ਚੱਲਦੀ ਆ ਅਤੇ ਹਰ ਇੱਕ ਦੇ ਜਹਿਨ ਵਿੱਚ ਇਹ ਹੁੰਦਾ ਵੀ ਮੈਂ ਕੰਪਨੀ ਬਾਰੇ ਪੁੱਛਾਂ, ਮੈਂ ਇਹਦੇ ਵਿੱਚ ਅਪਲਾਈ ਕਰ ਸਕਦਾ ਜਾਂ ਕਿੱਦਾਂ, ਕੰਪਨੀ ਕਿੱਦਾਂ ਦੀ ਕਿੱਦਾਂ ਦੀ ਨਹੀਂ ਆ। ਅਤੇ ਉਹਨਾਂ ਵੀਰਾਂ ਨੂੰ 50-60 ਮਤਲਬ ਵੀ ਇੱਕੇ ਵਾਰੀ ਇੱਕ ਕੰਪਨੀ ਦੇ ਮੈਸੇਜ ਆਉਣੇ, ਉਹ ਇਕੱਲੇ ਇਕੱਲੇ ਨੂੰ ਰੀਪਲਾਈ ਨਹੀਂ ਹੁੰਦਾ, ਕਿਸੇ ਟਾਈਮ ਇਗਨੋਰ ਹੋ ਜਾਂਦਾ ਮੈਸੇਜ, ਫਿਰ ਅਗਲਾ ਵੀਰ ਭਰਾ ਗੁੱਸਾ ਵੀ ਕਰਦਾ ਵੀਰੇ ਤੂੰ ਜਵਾਬ ਨਹੀਂ ਦਿੱਤਾ ਜਾਂ ਕੀ ਹੋ ਗਿਆ ਜਾਂ ਕਿੱਦਾਂ ਨਹੀਂ। ਸੋ ਇਸ ਕਰਕੇ ਵੀਰੇ ਇਹ ਜਿਹੜਾ ਮੇਰੇ ਯੂਟਿਊਬ ਦਾ ਚੈਨਲ ਆ, ਇਸ ਨੂੰ ਤੁਸੀਂ ਸਾਰੇ ਵੀਰ ਮੇਰੇ ਸਬਸਕ੍ਰਾਈਬ ਕਰੋ, ਨਾਲੇ ਸ਼ੇਅਰ ਕਰ ਲਿਓ ਜਿਹੜੇ ਵੀਰ ਗਲਫ ਨੂੰ ਆਉਣਾ ਚਾਹੁੰਦੇ ਆ। ਅਤੇ ਜੇਕਰ ਕੋਈ ਵੀ ਹੋਰ ਇਨਫੋਰਮੇਸ਼ਨ ਤੁਸੀਂ ਲੈਣੀ ਆ ਜਾਂ ਤੁਹਾਡੇ ਮਨ ਦੇ ਵਿੱਚ ਡਾਊਟ ਰਹੇ ਵੀ ਇਹ ਜਿਹੜੀ ਵੀਡੀਓ ਤੁਸੀਂ ਅਪਲੋਡ ਕੀਤੀ ਹੈ ਕੰਪਨੀ ਬਾਰੇ, ਇਸ ਦੇ ਵਿੱਚ ਆਹ ਚੀਜ਼ ਕਿਸ ਤਰ੍ਹਾਂ ਵਾ, ਤੁਸੀਂ ਕਮੈਂਟ ਕਰੋ। ਜਿਸ ਤਰ੍ਹਾਂ ਮੈਂ ਵੀਡੀਓ ਪਹਿਲੀ ਦੇ ਵਿੱਚ ਵੀ ਦੱਸਿਆ, ਤੁਸੀਂ ਕੋਈ ਵੀ ਚੀਜ਼ ਪੁੱਛਣਾ ਚਾਹੁੰਦੇ ਜੋ ਗਲਫ ਬਾਰੇ, ਸਾਊਦੀ ਨਹੀਂ ਪੂਰੇ ਗਲਫ ਬਾਰੇ ਵੀ ਇਹਦੇ ਵਿੱਚ ਆਹ ਰੂਲ ਕਿੱਦਾਂ ਜਾਂ ਰਹਿਣਾ ਸਹਿਣਾ ਜਾਂ ਕੰਪਨੀ ਕਿਸ ਤਰ੍ਹਾਂ ਦੀ ਆ, ਅਤੇ ਆਪਾਂ ਤੁਹਾਨੂੰ ਫੁੱਲ ਡਿਟੇਲ ਨਾਲ ਵੀਰ ਉਹਦੇ ਵਿੱਚ ਦੱਸਾਂਗੇ ਵੀਡੀਓ ਵਿੱਚ ਜਾਂ ਕਮੈਂਟ ਕਰਕੇ ਤੁਹਾਨੂੰ। ਨਹੀਂ ਤਾਂ ਪਰਸਨਲੀ ਮੇਰਾ ਜਿਹੜਾ ਨੰਬਰ ਆ ਉਹ ਮੈਂ ਕੈਪਚਰ ਦੇ ਵਿੱਚ ਪੱਕਾ ਹੀ ਥੱਲੇ ਉਹਦੇ ਯੂਟਿਊਬ ਦੇ ਵਿੱਚ ਰੱਖਿਆ ਹੋਇਆ ਵਾ ਐਨੀ ਟਾਈਮ, ਕਿਉਂਕਿ ਕਈ ਵੀਰ ਮੈਨੂੰ ਨਾ ਮੇਰੇ ਫੇਸਬੁੱਕ ਪੇਜ 'ਤੇ ਉੱਪਰ ਮੈਸੇਜ ਕਰ ਰਹੇ ਸੀ ਕਿ ਵੀਰ ਜੋ ਤੁਹਾਡਾ ਮਤਲਬ ਕਿ ਹੁਣ ਕੰਟੈਕਟ ਨੰਬਰ ਦੇ ਦਿਉ ਆਪਣਾ ਕੋਈ ਜਾਂ ਤੁਹਾਨੂੰ ਮੈਸੇਜ ਕਿੱਥੇ ਕਰੀਏ, ਉਸ ਦੇ ਉੱਪਰ ਮੈਂ ਆਲਰੇਡੀ ਲਿਖ ਕੇ ਪਾਇਆ ਸੀ ਕਿ ਸੋਰੀ ਬ੍ਰੋ, ਇਸ 'ਤੇ ਮੇਰੇ ਕੋਲ ਰੀਪਲਾਈ ਨਹੀਂ ਦਿੱਤਾ ਜਾਂਦਾ, ਕਿਉਂਕਿ ਹੁਣ ਉਸ ਦੇ ਉੱਪਰ ਰੀਪਲਾਈ ਕਰਨੇ ਕਮੈਂਟਾਂ ਦੇ ਕਰਨੇ ਔਰ ਆਪਣਾ ਵਟਸਐਪ ਦੇ ਕਰਨੇ ਬਹੁਤ ਜ਼ਿਆਦਾ ਹੋ ਜਾਂਦਾ ਸੀ ਨਾ, ਅਤੇ ਕੰਮ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਗੱਡੀ ਲੋਡ ਕਰਦਿਆਂ ਕਰਦਿਆਂ ਵੀਡੀਓ ਬਣਾ ਰਿਹਾ ਵਾਂ ਵੀ ਜਿਉਂ ਹਨੇਰੇ 4 ਵਜੇ ਤੋਂ ਨਿਕਲੀ ਦਾ ਫਿਰ ਰਾਤ ਨੂੰ 8 ਵਜੇ ਰੂਮ ਦੇ ਵਿੱਚ ਜਾਈਦਾ, ਸੋ ਟਾਈਮ ਨਹੀਂ ਹੁੰਦਾ। ਸੋ ਵੀਡੀਓ ਦਾ ਇਸ ਕਰਕੇ ਇੰਨਾ ਕੁ ਟਾਈਮ ਹੁੰਦਾ ਕਿ ਆਪਾਂ ਟਾਈਮ ਨਾਲ ਵੀਡੀਓ ਬਣਾ ਕੇ ਪੋਸਟ ਕਰ ਸਕਦੇ ਹਾਂ। ਸੋ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਸ਼ੇਅਰ ਕਰ ਲਓ, ਸਾਰੇ ਵੀਰਾਂ ਭਰਾਵਾਂ ਨੂੰ ਦੱਸ ਦਿਓ ਕਿ ਆਹ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਕਰੋ। ਕੋਈ ਵੀ ਕੰਪਨੀ ਦੀ ਹੁਣ ਇਕੱਲੀ ਇਕੱਲੀ ਕੰਪਨੀ ਦੀ ਮੈਂ ਫੁੱਲ ਡਿਟੇਲ ਨਾਲ, ਅਤੇ ਕਿਉਂਕਿ ਮੈਨੂੰ ਖੁਦ ਹੀ ਜੋ ਮਹੀਨਾ ਪਹਿਲਾਂ ਕੰਪਨੀ ਪੁੱਛੀ ਗਈ ਆ ਉਹ ਹੁਣ ਪੁੱਛ ਰਿਹਾ, ਮੈਨੂੰ ਭੁੱਲ ਗਿਆ ਵੀ ਉਹ ਕਿਹਨੇ ਦੱਸਿਆ ਸੀ, ਦੁਬਾਰਾ ਫਿਰ ਸਾਰਿਆਂ ਨੂੰ ਮੈਸੇਜ ਕਰਨੇ ਪੈਂਦੇ ਆ, ਸਾਰਿਆਂ ਨੂੰ ਪਰੇਸ਼ਾਨ ਕਰਨਾ ਪੈਂਦਾ ਵੀਰ ਆਹ ਕੰਪਨੀ ਬਾਰੇ ਪਤਾ ਕਰੋ। ਜਦੋਂ ਇੱਕ ਵਾਰੀ ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਫੁੱਲ ਡਿਟੇਲ ਨਾਲ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਪੋਸਟ ਕਰ ਦਿਆ ਕਰਨੀ ਆ ਵੀ ਇਸ ਕੰਪਨੀ ਡਿਮਾਂਡ ਆਈ ਹੈ, ਇਹ ਇਸ ਤਰ੍ਹਾਂ ਦੀ ਆ, ਇਹਦੇ ਵਿੱਚ ਚਾਹ ਪ੍ਰੋਵਾਈਡ ਹੋ ਰਿਹਾ, ਇਸ ਤਰ੍ਹਾਂ ਲਾਇਸੈਂਸ ਬਣਦਾ, ਤਨਖਾਹ ਮਿਲਦੀ ਨਹੀਂ ਮਿਲਦੀ, ਉਸ ਹਿਸਾਬ ਦੇ ਨਾਲ। ਸੋ ਵੀਰ ਮੇਰੇ ਇਹ ਮੇਰਾ ਯੂਟਿਊਬ ਦਾ ਚੈਨਲ ਆ, ਅਤੇ ਇਹ ਮੈਂ ਅੱਜ ਹੀ ਬਣਾਇਆ ਸੀ ਅਤੇ ਇੱਕ ਵੀਡੀਓ ਅਪਲੋਡ ਕੀਤੀ ਹੈ, ਅਤੇ ਇਹ ਉਸ ਦੇ ਵਿੱਚ ਮੈਂ ਦੱਸ ਨਹੀਂ ਸਕਿਆ, ਅਤੇ ਇਸ ਦੇ ਵਿੱਚ ਇਸੇ ਕਰਕੇ ਮੈਂ ਦੱਸ ਰਿਹਾ ਕਿ ਵੀਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਐਂਡ ਸ਼ੇਅਰ ਕਰ ਲਓ ਯਾਰਾਂ ਦੋਸਤਾਂ ਦੇ ਨਾਲ, ਤਾਂ ਕਿ ਜੋ ਆਪਾਂ ਹੁਣ ਜਿਹੜੀਆਂ ਲੇਟੈਸਟ ਵੀਡੀਓ ਕੋਈ ਵੀ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚ ਜਾਣ, ਅਤੇ ਤੁਹਾਨੂੰ ਅਵਲ ਤਾਂ ਮੈਂ ਕਾਪੀ ਕਰਕੇ ਜਿਹੜੇ ਮੇਰਾ ਜੋ ਵਟਸਐਪ ਦਾ ਨੰਬਰ ਆ ਫਿਲਹਾਲ ਉਹ ਤਾਂ ਹੈ ਹੀ ਹੈ ਵਾ, ਜੇਕਰ ਤੁਸੀਂ ਵੋਇਸ ਮੈਸੇਜ ਮਾਰਨਾ ਚਾਹੁੰਦੇ ਮਾਰ ਸਕਦੇ ਜੋ, ਪਰ ਜੇਕਰ ਮੇਰੇ ਕੋਲ ਉਸ ਦੇ ਉੱਪਰ ਰਿਪਲਾਈ ਨਹੀਂ ਦਿੱਤਾ ਗਿਆ ਤੁਸੀਂ ਕਮੈਂਟ ਵੀ ਕਰੋ, ਕਿਉਂਕਿ ਅਕਸਰ ਮੈਂ ਜੇ ਅੱਜ ਨਹੀਂ ਪੜ੍ਹੇ ਗਏ ਕਮੈਂਟ ਤਾਂ ਕੱਲ੍ਹ ਨੂੰ ਜ਼ਰੂਰ ਪੜ੍ਹਦਾ ਵਾਂ, ਨਹੀਂ ਤਾਂ ਰਾਤ ਨੂੰ ਜ਼ਰੂਰ ਪੜ੍ਹਦਾ ਸਵੇਰ ਵਾਲੇ ਸਾਰੇ ਹੀ, ਅਤੇ ਫਿਰ ਉਸ ਹਿਸਾਬ ਨਾਲ ਰਿਪਲਾਈ ਕਰ ਦਈਦਾ। ਇਹ ਆ ਕਿ ਤੁਹਾਨੂੰ ਵੋਇਸ ਮੈਸੇਜਾਂ ਤੋਂ ਛੁਟਕਾਰਾ ਮਿਲ ਜੂਗਾ, ਆਪਾਂ ਤੁਹਾਨੂੰ ਕਾਪੀ ਕਰਕੇ ਉਹਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਦਿਆ ਕਰਾਂਗੇ, ਤੁਸੀਂ ਲਿੰਕ ਤੋਂ ਓਪਨ ਕਰਕੇ ਵੀਡੀਓ ਵੇਖ ਸਕਦੇ ਜੋ ਅਤੇ ਕੰਪਨੀ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਜੋ। ਸੋ ਇਸ ਕਰਕੇ ਵੀਰੇ ਕੱਲ੍ਹ ਪਰਸੋਂ ਨੂੰ ਹੁਣ ਵੀਡੀਓ ਸਟਾਰਟ ਕਰ ਦੇਣੀਆਂ ਨੇ ਮੈਂ ਪਾਉਣੀਆਂ ਉਸ ਦੇ ਉੱਪਰ ਚੈਨਲ ਦੇ, ਇਕੱਲੀ ਇਕੱਲੀ ਕੰਪਨੀ ਦੀ ਫੁੱਲ ਡਿਟੇਲ ਦੇ ਨਾਲ, ਗੱਡੀਆਂ ਦੇ ਨਾਲ, ਤਨਖਾਹ ਦੇ ਨਾਲ, ਸੈਲਰੀ ਵਗੈਰਾ, ਛੁੱਟੀ ਕਿੱਦਾਂ ਦੀ ਕੰਪਨੀ, ਰਹਿਣ ਸਹਿਣ ਕਿੱਦਾਂ ਦਾ, ਫੁੱਲ ਡਿਟੇਲ ਦੇ ਨਾਲ ਅਪਲੋਡ ਕੀਤਾ ਜਾਏਗਾ। ਸੋ ਸਾਰੇ ਵੀਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਸ਼ੇਅਰ ਕਰ ਲਓ ਯਾਰਾਂ ਦੋਸਤਾਂ ਦੇ ਨਾਲ, ਅਤੇ ਸਾਰੇ ਵੀਰਾਂ ਭਰਾਵਾਂ ਨੂੰ ਦੱਸੋ ਵੀ ਇਹ ਹੁਣ ਆਪਣਾ ਜਿਹੜਾ ਵਾ ਪੇਜ 'ਤੇ ਚੱਲਦੀ ਰਿਹਾ ਵਾ, ਵਟਸਐਪ ਵੀ ਚੱਲ ਰਿਹਾ ਵਾ, ਹੁਣ ਆਪਣਾ ਯੂਟਿਊਬ ਚੈਨਲ ਆ ਜੋ ਇਹ ਵੀ ਚੱਲੇਗਾ, ਅਤੇ ਇਸ ਦੇ ਉੱਪਰ ਆਪਾਂ ਹੁਣ ਕੰਪਨੀਆਂ ਦੀਆਂ ਨਵੀਂ ਤੋਂ ਨਵੀਆਂ ਵੀਡੀਓ ਜਿਹੜੀਆਂ ਉਹ ਲੈ ਕੇ ਆਵਾਂਗੇ, ਅਤੇ ਜੋ ਬਕਾਇਦਾ ਹੁਣ ਜਿਹੜੇ ਰੂਲ ਹੋ ਰਹੇ ਨੇ ਖਾਸ ਕਰਕੇ ਸਾਊਦੀ ਦੇ ਵਿੱਚ ਜੋ ਖਾਰਜੀ ਆਪਣੇ ਅਜਨਬੀਆਂ ਵਾਸਤੇ ਜੋ ਰੂਲ ਆ ਰਹੇ ਨੇ ਉਹਨਾਂ ਬਾਰੇ ਵੀ ਦੱਸਾਂਗੇ ਆਪਾਂ ਤੁਹਾਨੂੰ, ਪਰ ਮੇਨ ਗੱਲ ਆਪਣੀ ਰੀਜਨ ਇਹੋ ਹੀ ਆ ਵੀ ਕੰਪਨੀ ਬਾਰੇ ਪਤਾ ਕਰਨਾ, ਵੀ ਕੋਈ ਵੀ ਫਰੈਸ਼ ਵੀਰ ਆਪਣਾ ਜਿਹੜਾ ਇੰਡੀਆ ਤੋਂ ਆ ਰਿਹਾ ਵਾ ਉਸਨੂੰ ਕੰਪਨੀ ਦੀ ਡਿਟੇਲ ਦੇਣੀ, ਤਾਂ ਕਿ ਜੋ ਵੀਰ ਉਹ ਆ ਕੇ ਫਸ ਨਾ ਸਕੇ, ਕਿਉਂਕਿ ਅੱਜ ਕੱਲ੍ਹ ਵੀਰੇ ਹੁਣ ਕਾਫੀ ਵੀਰ ਮੈਨੂੰ ਪੁੱਛ ਰਹੇ ਸੀ ਵੀਰੇ ਕੋਈ ਵਧੀਆ ਕੰਪਨੀ ਨਹੀਂ ਆਈ, ਵਧੀਆ ਕੰਪਨੀ ਨਹੀਂ ਆਈ। ਚੱਕਰ ਇਹੋ ਹੀ ਆ ਵੀਰੇ ਵੀ ਕੰਪਨੀ ਆਉਂਦੀ ਆ, ਕੋਈ ਲਾਇਸੈਂਸ ਨਹੀਂ ਬਣਾ ਕੇ ਦੇਣ ਦੀ, ਕੋਈ ਤਨਖਾਹ ਟਾਈਮ ਨਾਲ ਨਹੀਂ ਦੇ ਰਹੀ, ਕੋਈ ਛੁੱਟੀ ਨਹੀਂ ਭੇਜਦੀ, ਵੀ ਇੱਦਾਂ ਦੇ ਰੀਜ਼ਨ ਹੁੰਦੇ ਨੇ ਕੰਪਨੀ ਦੇ। ਪਰ ਉਹਦੇ ਵਿੱਚ ਜਿਹੜੇ ਵਿੱਚ ਆਪਾਂ ਨੂੰ ਬੈਨੀਫਿਟ ਹੈਗਾ, ਆਪਾਂ ਨੂੰ ਪਤਾ ਵੀ ਆਪਾਂ ਨੂੰ
ਸੋ ਇਸ ਕਰਕੇ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸ ਦਿੱਤਾ ਜਾਇਆ ਕਰੇਗਾ। ਅਤੇ ਕਾਫੀ ਵੀਰ ਪੁੱਛ ਰਹੇ, ਕਾਫੀ ਦਿਨਾਂ ਤੋਂ ਕਈ ਮਲਪੀ ਕੰਪਨੀਆਂ ਜਿਨ੍ਹਾਂ ਦੀ ਹੁਣ ਡਿਮਾਂਡ ਗਈ, ਉਹਨਾਂ ਦਾ ਪਤਾ ਸੋਰੀ ਨਹੀਂ ਲੱਗਦਾ, ਜਿਨ੍ਹਾਂ ਦਾ ਵੀਰੇ ਕੁਛ ਪਤਾ ਨਹੀਂ ਲੱਗਦਾ ਉਹਨਾਂ ਬਾਰੇ ਆਪਾਂ ਵੀ ਕੀ ਕਹਿ ਸਕਦੇ ਹਾਂ। ਬਟ ਆਪਣੇ ਨਾਲ ਜਿੰਨੇ ਵੀ ਹੁਣ ਤੱਕ ਵੀਰ ਜੁੜੇ ਆ ਬਹੁਤ ਬਹੁਤ ਜ਼ਿਆਦਾ ਹੀ ਆ। ਹੁਣ ਇਕੱਲੇ ਇਕੱਲੇ ਵੀਰ ਨੂੰ ਆਪਾਂ ਮੈਸੇਜ ਕਰਕੇ ਉਹਨਾਂ ਦੀ ਕੰਪਨੀਆਂ ਡਿਟੇਲਾਂ ਰੱਖਾਂਗੇ, ਨੰਬਰ ਰੱਖਾਂਗੇ, ਅਤੇ ਬਕਾਇਦਾ ਜਿਹੜੀ ਕੰਪਨੀ ਦੀ ਇੰਟਰਵਿਊ ਆਈ ਉਸ ਹਿਸਾਬ ਨਾਲ ਉਹਦੀ ਵੀਡੀਓ ਬਣਾ ਕੇ ਪੋਸਟ ਕਰਾਂਗੇ। ਠੀਕ ਹੈ ਵੀਰ ਜੀ, ਓਕੇ ਵੀਰੇ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਮਿਹਰਬਾਨੀ ਵੀਰ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।